ਕਰਿਆਨਾ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੇ ਪੁੱਤਰ ਕੋਲੋਂ ਬੀਤੀ ਰਾਤ ਲੁਟੇਰੇ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਆਨੰਦ ਕਿਸ਼ੋਰ ਦੇ ਪੁੱਤਰ ਰੋਹਿਤ ਕੁਮਾਰ ਭੱਲਾ ਨੇ ਦੱਸਿਆ ਕਿ ਦੇਰ ਰਾਤ ਜਦ ਉਹ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਐਕਟਿਵਾ ਰਾਹੀਂ ਘਰ ਪਹੁੰਚਿਆ ਹੀ ਸੀ ਕਿ ਪਿੱਛੋਂ ਆਏ ਦੋ ਨੌਜਵਾਨਾਂ ਨੇ ਘਰ ਵਿੱਚ ਆ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਉਸ ਉੱਪਰ ਕਿਰਪਾਨ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਪੈਸਿਆਂ ਵਾਲਾ ਬੈਗ ਖੋ ਕੇ ਲੁਟੇਰੇ ਫਰਾਰ ਹੋ ਗਏ। ਮੈਂ ਰੋਹਿਤ ਨਾ ਜੀ, ਆਪਣੀ ਕਰਿਆਨੇ ਦੀ ਦੁਕਾਨ ਤੋਂ ਮੈਂ ਵਾਪਸ ਆ ਰਿਹਾ ਘਰ। ਘਰ ਆ ਕੇ ਮੈਂ ਆਪਣੀ ਐਕਟਿਵਾ ਸਟੈਂਡ 'ਤੇ ਲਾਈ ਆ। ਸਟੈਂਡ ਲਾਉਂਦੇ ਉਹ ਦੋ ਜਣੇ ਅੰਦਰ ਆਏ, ਇੱਕ ਨਾ ਮੁੰਡਾ ਸੀ ਇੱਕ ਸਰਦਾਰ ਸੀ, ਹੈਗੇ ਚਾਰ ਜਣੇ ਸੀ ਬਾਹਰ, ਉਹਨਾਂ ਦੋਵਾਂ ਦੇ ਨਹੀਂ ਮੈਂ ਪਛਾਣ। ਮੇਰੇ ਕੋਲ ਬੈਗ ਇਹਨਾਂ ਪਹਿਲਾਂ ਬੈਗ ਖੋਲਣ ਦੀ ਕੋਸ਼ਿਸ਼ ਕੀਤੀ, ਮੁੜ ਕੇ ਕਿਰਪਾਨ ਮਾਰੀ ਜੀ, ਕਾਹ ਨਿਸ਼ਾਨ ਲੱਗਾ ਹੈ, ਬੁੱਲ ਵੱਜਿਆ ਜੀ, ਪਿੱਛੇ ਹੈੱਡ ਦੇ ਵੱਜੀ ਜੀ, ਕਿਰਪਾਨ ਵੱਜੀ ਜੀ, 3-4 ਵਾਰੀ ਵਾਰ ਕੀਤਾ ਉਹਨਾਂ ਨੇ। ਫਿਰ ਮੈਨੂੰ ਨਹੀਂ ਪਤਾ ਲੱਗਾ, ਡਿੱਗ ਪਿਆ ਮੈਂ, ਉਸ ਤੋਂ ਬਾਅਦ ਬੈਗ ਚੁੱਕ ਕੇ ਚਲੇ ਗਏ। ਕਿੰਨੇ ਪੈਸੇ ਵਿੱਚ? ਉਹ 50-60 ਹਜ਼ਾਰ ਰੁਪਈਆ ਨਾਲ ਕਿਤਾਬਾਂ ਸੀ ਦਿਖਾਉਂਦੀਆਂ। ਹਾਂਜੀ, ਕਰਿਆਨੇ ਦੀ ਦੁਕਾਨ ਜਿਹੜੇ ਦੋ ਜਣੇ ਅੰਦਰ ਆਏ, ਇੱਕ ਸਰਦਾਰ ਸੀ ਇੱਕ ਮੁੰਡਾ ਸੀ। ਸਰਦਾਰ ਦਾ ਆਈ ਥਿੰਕ ਮੂੰਹ ਬੰਨਿਆ ਸੀ, ਪਰ ਮੈਨੂੰ ਕਲੀਅਰ ਨਹੀਂ, ਕਿਉਂਕਿ ਮੈਂ ਐਕਟਿਵਾ ਨੂੰ ਲੋਕ ਲਾ ਰਿਹਾ ਸੀ। ਪਿੱਛੋਂ ਵੀ ਆ ਰਹੇ ਰਸਤੇ ਵਿੱਚ ਤੁਸੀਂ ਆਉਂਦੇ ਦੇਖਿਆ ਬਾਜ਼ਾਰ ਵਿੱਚ ਤੁਹਾਨੂੰ? ਜਦੋਂ ਮੈਂ ਆਪਣੇ ਘਰ ਵੜਨ ਲੱਗਾ ਉਦੋਂ ਉਹਨਾਂ ਨੂੰ ਗਲੀ ਕਰੋਸ ਕੀਤਾ ਮੇਰੇ ਘਰ ਨੂੰ। ਹਾਂਜੀ, ਆ ਕੋਈ ਬੋਲ ਫੋਨ ਕਰਦੇ ਇੱਥੇ ਵੀ ਬਿਟਨ ਲਗ ਗਿਆ ਆ ਇੱਧਰ ਵੀ। ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਧਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰੋਹਿਤ ਭੱਲਾ ਵੱਲੋਂ ਸੂਚਨਾ ਮਿਲੀ ਕਿ ਉਹਨੇ ਕੁਝ ਅਣਛਾਤੇ ਵਿਅਕਤੀਆਂ ਵੱਲੋਂ ਉਹਨਾਂ ਖੋਹ ਕਰ ਲਏ ਪੈਸੇ ਜੀ, ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਜਾਂਚ ਪੜਤਾਲ ਚੱਲ ਰਹੀ ਹੈ ਜੀ। ਕਿੰਨੇ ਪੈਸੇ ਲੁੱਟ ਹੋਈ ਹੈ? ਇਹਨੇ ਦੱਸਣ ਮੁਤਾਬਕ ਕੋਈ 50-60 ਹਜ਼ਾਰ ਦੇ ਕਰੀਬ ਹੈਗਾ ਜੀ। ਤੁਸੀਂ ਸੀ ਸੀ ਟੀ ਵੀ ਕੈਮਰੇ ਦੇਖੇ? ਹਾਂ ਜੀ, ਦੇਖ ਰਹੇ, ਫੋਟੋ ਦੇਖ ਰਹੇ ਹਾਂ ਜੀ, ਉੱਥੋਂ ਦੇਖ ਕੇ ਨਿਹਾਲ ਕੇ ਸੀ ਕੈਮਰੇ। ਕੀ ਕਹਿੰਦੇ ਵੀ ਕੀ ਗੱਲ ਹੋਈ ਹੈ? ਇਹਨਾਂ ਦੱਸਿਆ ਵੀ ਅਸੀਂ ਦੁਕਾਨ ਤੋਂ ਆਏ ਸਾਂ, ਕਦੇ ਘਰ ਚ ਜਾ ਰਹੇ ਹਾਂ ਅਤੇ ਸਾਨੂੰ 4 ਜਣੇ ਆ ਮੋਟਰਸਾਈਕਲ 'ਤੇ ਆਏ ਆ ਨੌਜਵਾਨ, ਅਤੇ ਪੈਸੇ ਖੋ ਕੇ ਲੈ ਗਏ, ਬਾਕੀ ਪੜਤਾਲ ਚੱਲ ਰਹੀ ਹੈ ਜੀ। ਜਿਹੜੀ ਗੱਲ ਸਾਹਮਣੇ ਆ ਵੀ ਕਿੰਨੇ ਇਹ ਨਹੀਂ ਕਲੀਅਰ ਹੋ ਸਕਿਆ ਵੀ ਕਿੰਨੇ ਮੋਟਰਸਾਈਕਲ ਸੀ, ਇਹਨਾਂ ਦੱਸਿਆ ਵੀ ਦੋ ਨੌਜਵਾਨਾਂ ਨੇ ਖੋਏ ਆ, ਬਾਕੀ ਕਲੀਅਰ ਕਰ ਰਹੇ ਹਾਂ ਜੀ। ਓਕੇ।